ਬੀਜੇਪੀ ਦੀ ਮਾੜੀ ਕਿਸਮਤ ਹੀ ਆ ਜਿੰਨਾ ਕਾਂਗਰਸ ਦਾ ਗੰਦ ਮੰਦਿਆ ਸਾਰਾ ਲਈ ਜਾਂਦੇ ਕੇ ਗੈਂਗ ਦਾ ਲੀਡਰ ਪ੍ਰਤਾਪ ਬਾਜਵਾ ਕੇ ਦਾ ਰਾਜਾ ਬੜਿੰਗ ਕੇ ਦਾ ਸੁਖੀ ਅੰਦਾਵਾ ਇੱਕ ਥੋੜੀਆ ਗੈਂਗਾ ਨਾ ਨਾ ਆਪਣੇ ਟਾਈਮ ਤੇ ਪੰਜਾਬ ਦਾ ਭਲਾ ਕੀਤਾ ਇਹ ਦੁੱਖਾਂ ਦੀ ਬਿਮਾਰੀ ਦੇ ਪਰ ਬੀਜੇਪੀ ਇੱਕ ਕੰਮ ਕਰਦੀ ਹੈ ਕਿ ਕਾਂਗਰਸ ਜਿਹੜੀ ਪੰਜਾਬ ਨੂੰ ਕਾਂਗਰਸ ਮੁਕਤ ਕਰਦੀ ਹੈ ਜਾਸਕਨ ਲੇਟਨ ਅਸ਼ਨੀ ਸ਼ੇਖੜੀ ਅੱਜ ਜਿਹੜਾ ਵਾ ਬੀਜੇਪੀ ਜੁਆਇਨ ਕਰ ਚੁੱਕੇ ਨੇ ਕਹਿੰਦੇ ਗੈਂਗ ਬਣੀ ਆ ਕਾਂਗਰਸ ਦੇ ਵਿੱਚ ਅਸ਼ਨੀ ਸ਼ੇਖੜੀ ਬੀਜੇਪੀ ਜੁਆਇਨ ਕਰ ਕਬੀ ਬੀਜੇਪੀ ਦੀ ਮਾੜੀ ਕਿਸਮਤ ਹੀ ਆ ਜਿੰਨਾ ਕਾਂਗਰਸ ਦਾ ਗੰਦ ਮੰਦਿਆ ਸਾਰਾ ਲਈ ਜਾਂਦੇ ਆ ਜਿਹੜੀਆਂ ਬੀਜੇਪੀ ਨੂੰ ਚਾਰ ਵੋਟਾਂ ਪੈਣੀਆਂ ਉਹ ਵੀ ਨਹੀਂ ਪੈਣੀਆਂ ਸਮਝਦੇ ਇੱਕ ਦੀ ਗੱਲ ਲੈ ਜਾਣ ਪਾ ਹੋਰ ਲੈ ਜਾਣ ਜਿੰਨੇ ਆ ਕੇ ਖਿੱਚ ਕੁੱਚ ਕੇ ਕਾਂਗਰਸ ਤਾਂ ਖਤਮ ਹੀ ਹੋਣ ਕਹਿੰਦੇ ਗੈਂਗ ਬਣੀ ਆ ਉਹਦੇ ਚ 80% ਜਿਹੜੇ ਵਰਕਰ ਨੇ ਜ਼ਮੀਨੀ ਪੱਧਰ ਤੇ ਉਹ ਦੁਖੀ ਨੇ ਉਹ ਦੁਖੀ ਹੈ ਬਿਲਕੁਲ ਦੁਖੀ ਗੈਂਗ ਹੈ ਗੈਂਗ ਸਹੀ ਗੱਲ ਗੈਂਗ ਦੇ ਕੇ ਗੈਂਗ ਦਾ ਲੀਡਰ ਪ੍ਰਤਾਪ ਬਾਜਵਾ ਕਿਸਦਾ ਰਾਜਾ ਬੜਿੰਗ ਕਿਸਦਾ ਸੁਖੀ ਹੁੰਦਾ ਵਾ ਇੱਕ ਧੋੜੀਆਂ ਗੈਂਗਾ ਗੈਂਗਾ ਹੀ ਨੇ ਇਹਨਾਂ ਦੀਆਂ ਉਹ ਲੋਕ ਜਿਹੜੇ ਆਮ ਵਰਕਰ ਨੇ ਬਚਾਦੇ ਉਹ ਦੁਖੀ ਹੋ ਕੇ ਹੁਣ ਕਹਿੰਦੇ ਜਾਂ ਛੱਡੋ ਦਵਾ ਕਰੋ। ਕਿਆ ਜਾ ਰਿਹਾ ਹੈ ਕਿ ਰਾਜਾ ਬੜਿੰਗ ਤੋਂ ਦੁਖੀ ਹੋ ਗਿਆ ਛੁੜੀ ਉਹਨਾਂ ਨੇ ਛੱਡੀ ਆ ਬੀਜਪੀ ਜੁਆਇਨ ਮੈਨੂੰ ਨਹੀਂ ਪਤਾ ਕਿਤੋਂ ਦੁਖੀ ਹੋਏ ਪਰ ਇਹ ਸਾਰੇ ਜਿਹੜੇ ਉੱਤੇ ਲੀਡਰ ਨੇ ਨਾ 7-8 ਇਹ ਇਹ ਦੁਖੀ ਕਰਨ ਵਾਲੇ ਸੁਖੀ ਕਰਨ ਵਾਲੇ ਵੀਗੇ। ਨਾ ਇਹਨਾਂ ਆਪਣੇ ਟਾਈਮ ਤੇ ਪੰਜਾਬ ਦਾ ਭਲਾ ਕੀਤਾ। ਇਹ ਦੁੱਖਾਂ ਦੀ ਬੁਮਾਰੀ ਨੇ ਸਾਰੇ। ਬੇ ਵਰਕਰਾਂ ਚਾਦੇ ਧੁੰਦੇ ਫਿਰਦੇ ਆ ਕੋਈ ਕਿਸੇ ਨੂੰ ਪੁੱਛਦਾ ਨਹੀਂ ਪਰ ਬੀ ਬੀਜੇਪੀ ਦੇ ਵਿੱਚ ਦੇਖਦੀ ਦੀ ਹੁੰਦਾ ਕਾਂਗਰਸੀ ਰਹਿ ਗਏ ਜੋ ਜਾਖੜ ਖੜਾ ਹੁੰਦਾ ਉਹਦੇ ਪਿੱਛੇ ਸੌਦਾ ਇੱਕ ਕਾਂਗਰਸ ਦਾ ਮਾਲ ਕੱਢਿਆ ਪਾਇਆ ਜੋ ਮਤਲਬ ਆ ਆਲੂ ਗੰਡੇ ਗੋਭੀ ਸਭ ਉਹਦੇ ਚ ਪਾ ਕੇ ਜਵਾਨਾਂ ਨੇ ਇਕੱਠੇ ਕੀਤੇ ਹੁੰਦੇ ਗੱਲ ਕੁਛ ਦੀ ਕੀ ਲੱਗਦਾ ਬੀਜੇਪੀ ਬੇੜਾ ਪਾਰ ਲਾ ਲੂਗੀ ਨਾ ਕਾਂਗਰਸ ਨੂੰ ਲੈ ਕੇ ਲੋਕ ਸਭਾ ਚੋਣਾਂ ਚ ਸਰ ਜਿੰਨੇ ਚ ਭਗਵੰਤ ਮਾਨ ਪੰਜਾਬ ਚ ਆਮ ਆਦਮੀ ਪਾਰਟੀ ਦੀ ਗਵਾਹੀ ਕਰਦੇ ਭਾਵੇਂ ਬੀਜੇਪੀ ਲੈਵੇ ਜਾਖੜ ਨੂੰ ਭਾਵੇਂ ਲੈਵੇ ਕਿ ਕੈਪਟਨ ਨੂੰ ਭਾਵੇਂ ਕਿਸੇ ਨੂੰ ਲੈ ਨਾ ਬੀਜੇਪੀ ਨੂੰ ਕੋਈ ਵੋਟ ਪਾਣ ਵਾਲੀ ਹੈ ਪਹਿਲੀ ਜਾਤ ਕਰੋ ਅਸੀਂ ਕੌਣ ਆ ਅਸੀਂ ਪੰਜਾਬੀ ਅਸੀਂ ਸਿੱਖ ਅਸੀਂ ਤਾਂ 5000 ਦਾ ਪੁਰਾਣਾ ਇਤਿਹਾਸ ਜਿਹੜਾ ਉਹ ਜਾ ਰੱਖਦੇ ਹਾਂ ਅਸੀਂ ਤਾਂ ਸਾਢੇ 1.5 ਸਾਲ ਹੋਇਆ 750 ਕਿਸਾਨ ਸ਼ਹੀਦ ਹੋਇਆ ਦਿੱਲੀ ਦੇ ਛੜਕਾਂ ਦੇ ਉੱਤੇ ਬੀਜਪੀ ਨੂੰ ਕੌਣ ਵੋਟ ਪਾਊਗਾ ਜੀ ਕੋ ਬਾਬੂ ਨਾਬਜ ਬੰਦਾ ਜਿੱਦੂ ਮੱਥੀ ਲਾਉਣ ਕੈਪਟਨ ਦੀ ਜ਼ਮਾਨਤ ਜਬਤ ਹੋਈ ਜਿੰਨੇ ਬੰਦੇ ਇਹਨਾਂ ਦੇ ਨਾਲ ਜਿੰਨੇ ਵੀ ਗਜ਼ਾਰਾਂ ਸੋਢੀ ਦੂਜੇ ਤੇ ਸਭ ਦੀਆਂ ਜ਼ਮਾਨਤਾਂ ਜਬਤ ਹੋਈਆਂ ਇਹ ਕਰਕੇ ਬੀਜਪੀ ਦੇ ਪੱਲੇ ਕੁਛ ਨਹੀਂ ਪੈਂਦਾ ਨਾ ਪੰਜਾਬੀਆਂ ਨੂੰ ਉਹਨਾਂ ਦੀ ਵੋਟ ਹੀ ਪੈਣਾ ਹੈ ਪਰ ਬੀਜਪੀ ਇੱਕ ਕੰਮ ਕਰਦੀ ਹੈ ਕਿ ਕਾਂਗਰਸ ਜਿਹੜੀ ਪੰਜਾਬ ਨੂੰ ਕਾਂਗਰਸ ਮੁਕਤ ਕਰਦੀ ਹੈ ਜਾ ਸਮਝ ਲੋ ਤੇਂਗਾਲਾਲ ਮੜਾ ਲਾਲ ਉਹ ਸਾਰਾ ਮਾਲ ਮੱਤਾ ਜਿਹੜਾ ਅਮਰਤ ਸ਼ਾਹ ਦੇ ਮਲੋ ਉਧਰ ਬਾਤ ਚ ਲਈ ਜਾਂਦੇ ਆ ਸਮਝ ਨਹੀਂ ਆ ਇਹ ਨਹੀਂ ਕੋਈ ਸਰ ਇੱਕ ਲਾਸਟ ਸਵਾਲ ਸਿਆਸਤ ਨਾਲ ਲੇਟਨ ਅਸ਼ਨੀ ਸ਼ੇਖਰੀ ਅੱਜ ਜਿਹੜਾ ਵਾ ਬੀਜੇਪੀ ਜੁਆਇਨ ਕਰ ਚੁੱਕੇ ਨੇ ਕਹਿੰਦੇ ਗੈਂਗ ਬਣੀ ਆ ਕਾਂਗਰਸ ਦੇ ਵਿੱਚ ਅਸ਼ਨੀ ਸ਼ੇਖਰੀ ਬੀਜੇਪੀ ਜੁਆਇਨ ਕਰ ਕਾ ਬੀਜੇਪੀ ਦੀ ਮਾੜੀ ਕਿਸਮਤ ਹੀ ਆ ਜਿੰਨਾ ਕਾਂਗਰਸ ਦਾ ਗੰਦ ਮੰਦਿਆ ਸਾਲਾ ਲਈ ਜਾਂਦੇ ਆ ਜਿਹੜੀਆਂ ਬੀਜੇਪੀ ਨੂੰ ਚਾਹਤ ਵੋਟਾਂ ਪੈਣੀਆਂ ਉਹ ਵੀ ਨਹੀਂ ਪੈਣੀਆਂ ਸਮਝ ਦੇ ਇੱਕ ਦੀ ਗੱਲ ਲੇ ਜਾਣ ਪਾ ਹੋਰ ਲੈ ਜਾਣ ਜਿੰਨੇ ਆਕੇ ਖਿਚ-ਕੁਚ ਕੇ ਕਾਗਜ਼ ਤੇ ਖਤਮ ਹੀ ਹੋਣ ਕਹਿੰਦੇ ਗੈਂਗ ਬਣੀ ਆ ਉਹਦੇ ਚ 80% ਜਿਹੜੇ ਵਰਕਰ ਨੇ ਜ਼ਮੀਨੀ ਪੱਧਰ ਤੇ ਉਹ ਦੁਖੀ ਨੇ ਉਹ ਦੁਖੀ ਬਿਲਕੁਲ ਦੁਖੀ ਗੈਂਗ ਹੈ ਗੈਂਗ ਸਹੀ ਗੱਲ ਗੈਂਗ ਦੇ ਲੀਡਰ ਨੇ ਕਿ ਗੈਂਗ ਦਾ ਲੀਡਰ ਪ੍ਰਤਾਪ ਬਾਜਵਾ ਕਿਸਦਾ ਰਾਜਾ ਬੜਿੰਗ ਕਿਸਦਾ ਸੁੱਖੀ ਹੁੰਦਾ ਵਾ ਕਿ ਇੱਕ ਧੋੜੀਆਂ ਗੈਂਗਾ ਗੈਂਗਾ ਹੀ ਨੇ ਇਹਨਾਂ ਦੀਆਂ ਉਹ ਲੋਕ ਜਿਹੜੇ ਆਮ ਵਰਕਰ ਨੇ ਬਚਾਦੇ ਉਹ ਦੁਖੀ ਹੋ ਗਏ ਹੁਣ ਕਹਿੰਦੇ ਜਾਂ ਛੱਡੋ ਦਵਾ ਕਰੋ ਕੀ ਆ ਜਾ ਰਿਹਾ ਕਿ ਰਾਜਾ ਬੜਿੰਗ ਤੋਂ ਦੁਖੀ ਹੋ ਗਿਆ ਛੁੜੀ ਉਹਨਾਂ ਨੇ ਛੱਡੀ ਆ ਭਾਜੀਪੀ ਜੁਆਇਨ ਮੈਨੂੰ ਨਹੀਂ ਪਤਾ ਕਿਤੋਂ ਦੁ ਇਹ ਇਹ ਦੁਖੀ ਕਰਨ ਵਾਲੇ ਸੁਖੀ ਕਰਨ ਵਾਲੇ ਨਹੀਂਗੇ ਨਾ ਇਹਨਾਂ ਆਪਣੇ ਟਾਈਮ ਤੇ ਪੰਜਾਬ ਦਾ ਭਲਾ ਕੀਤਾ ਇਹ ਦੁੱਖਾਂ ਦੀ ਬਿਮਾਰੀ ਨੇ ਸਾਰੇ ਬਈ ਵਰਕਅਪ ਜਿਹੜੇ ਧੁੰਦੇ ਫਿਰਦੇ ਆ ਕੋਈ ਕਿਸੇ ਨੂੰ ਪੁੱਛਦਾ ਨਹੀਂ ਪਰ ਭਾਜਪਾ ਤੇ ਵੀ ਹੱਸਾ ਹੁੰਦਾ ਭਾਜਪਾ ਦੇ ਵਿੱਚ ਦੇਖਦੀਦੇ ਹਾਂ ਤੇ ਕਾਂਗਰਸੀ ਰਹਿ ਗਏ ਜੋ ਜਾਖੜ ਖੜਾ ਹੁੰਦਾ ਉਹਦੇ ਪਿੱਛੇ ਸੌਦਾ ਇੱਕ ਕਾਂਗਰਸ ਦਾ ਮਾਲ ਕੱਢਿਆ ਪਾਇਆ ਜੋ ਮਤਲਬ ਆ ਆਲੂ ਗੰਡੇ ਗੋਭੀ ਸਭ ਉਹਦੇ ਚ ਪਾ ਕੇ ਜਵਾਨਾਂ ਨੇ ਇਕੱਠੇ ਕੀਤੇ ਉਹਦੇ ਨਾਲ ਕੁਛ ਦੀ ਕੀ ਲੱਗਦਾ ਭਾਜਪਾ ਬੇੜਾ ਪਾਰ ਲਾ ਲੂਗੀ ਇਹਨਾਂ ਕਾਂਗਰਸ ਨੂੰ ਲੈ ਕੇ ਲੋਕ ਸਭਾ ਚੋਣਾਂ ਚ ਸਰ ਜਿੰਨੇ ਤੇ ਭਗਵੰਤ ਮਾਨ ਪੰਜਾਬ ਚ ਆਮ ਆਦਮੀ ਪਾਰਟੀ ਦੀ ਗਵਾਹੀ ਕਰਦੇ। ਭਾਵੇਂ ਬੀਜੇਪੀ ਲੈਵੇ, ਜਾਖੜ ਦੂ। ਭਾਵੇਂ ਲੈਵੇ ਕਿ ਕੈਪਟਨ ਨੂੰ, ਭਾਵੇਂ ਕਿਸੇ ਨੂੰ ਲੈ। ਨਾ ਬੀਜੇਪੀ ਨੂੰ ਕੋਈ ਵੋਟ ਪਾਣ ਵਾਲੀ ਹੈ। ਪਹਿਲੀ ਜਾਤ ਕਰੋ। ਅਸੀਂ ਕੌਣ ਆ? ਅਸੀਂ ਪੰਜਾਬੀ, ਅਸੀਂ ਸਿੱਖ। ਅਸੀਂ ਤਾਂ 5000 ਦਾ ਪੁਰਾਣਾ ਇਤਿਹਾਸ ਜਿਹੜਾ ਉਹ ਜਾਦ ਰੱਖਦੇ ਹਾਂ। ਅੱਜ ਤਾਂ ਸਾਢੇ 1.5 ਸਾਲ ਹੋਇਆ ਸਾਢੇ 750 ਕਿਸਾਨ ਸ਼ਹੀਦ ਹੋਇਆ ਦਿੱਲੀ ਦੇ ਛੜਕਾਂ ਦੇ ਉੱਤੇ। ਬੀਜੇਪੀ ਨੂੰ ਕੌਣ ਵੋਟ ਪਾਊਗਾ ਜੀ? ਕੋਈ ਪਾਊ ਪੰਜਾਬ 'ਚ ਬੰਦਾ ਜਿੰਦੂ ਮੱਥੀ ਲਾਉਣ। ਕੈਪਟਨ ਦੀ ਜ਼ਮਾਨਤ ਜਬਤ ਹੋਈ। ਜਿੰਨੇ ਬੰਦੇ ਇਹਨਾਂ ਦੇ ਨਾਲ ਜਿੰਨੇ ਵੀ ਗਜ਼ਾਰਾਂ ਸੋਢੀ ਦੁੱਜੇ ਤੇ ਸਭ ਦੀਆਂ ਜਮਾਨਤਾ ਜਬਤ ਹੋਈਆਂ ਇਹ ਕਰਕੇ ਬੀਜੇਪੀ ਦੇ ਪੱਲੇ ਕੁਛ ਨਹੀਂ ਪੈਣਾ ਨਾ ਪੰਜਾਬੀਆਂ ਨੇ ਉਹਨਾਂ ਨੂੰ ਵੋਟ ਹੀ ਪੈਣਾ ਪਤ ਬੀਜੇਪੀ ਇੱਕ ਕੰਮ ਕਰਦੀ ਹੈ ਕਿ ਕਾਂਗਰਸ ਜਿਹੜੀ ਪੰਜਾਬ ਨੂੰ ਕਾਂਗਰਸ ਮੁਕਤ ਕਰਦੀ ਹੈ ਜਾਖੜ ਸਾਹਿਬ ਦਾ ਸੰਮਲੋਪੀ ਚੰਗਾ ਲਾ ਲਓ ਮਾੜਾ ਲਾ ਲਓ ਉਹ ਸਾਰਾ ਮਾਮਲਾ ਮਤਾ ਜਿਹੜਾ ਅਮਰਤ ਸ਼ਾਹ ਦੇ ਮਲੋ ਉਧਰ ਬਾਤ ਚ ਲਈ ਜਾਂਦੇ ਆ ਸਮਝ ਨਹੀਂ ਆ ਇੰਨੀ ਗੋਕੀ ਸਰ ਇੱਕ ਲਾਸਟ ਸਵਾਲ